खबर किसान जथेबंदियों के नाल जुड़ी सामने आ रही। दस दिए कि उत्थे ही किसान जथेबंदियों के वलों टोल प्लाजे ते धरना दिता जा रहा है, तो दूजे पासे कई पुलिस जथेबंदियों नूं लैके आमो सामना होया होया है। तो दस दिए कि कई पुलिस प्रशासनां दे वलों किसान जथेबंदियों नूं गिरफ्तार कर लिया है, तो हुण किसान जथेबंदियों के वलों टोल प्लाजे जिहड़े बंद कर दिए गए ने, तो जिस दे उत्ते लगातार धरना दिता जा रहा है। तो उन्हां दा कहना है कि जदों तक साढ़े किसान रिहा नहीं हो जाते उदों तक जिहड़ा संघर्ष है वह किया जाएगा, तो जो भी पुलिस ने हिरासत दे विच किसान जथेबंदियों नूं लिया है उसनों रिहा किया जाए, तो पंजाब सरकार साडियां मंगां ने वह मन्नण। तो जिसनों लैके उन्हां दा कहना है कि जेकर साडियां मंगां अते साडे किसान रिहा नहीं किए जाते उदों तक जिहड़ा संघर्ष है किया जाएगा, तो जेकर नहीं करती साडी पंजाब सरकार मंगां पूरियां तो आने वाले दिनों दे विच इक तिखा संघर्ष है जिहड़ा जारी किया जाएगा। हाँ जी, अपना इस टाइम असी कत्थू नंगल टोल प्लाजा के उत्ते मौजूद हाँ, क्योंकि सवेर तो लैके अज जिहड़ी लगातार छापेमारी की जा रही है, आगुआं नूं गिरफ्तार किया जा रहा, उहदे खिलाफ जिहड़ा साडे वल्लों प्रदर्शन किया जा रहा, क्योंकि असीं चंडीगढ़ जा रहे सी जिहड़े हड़ पीड़ित लोग आ उहनां दे हक्कां दी गल करन वास्ते। पर भगवंत मान साहब साफ साफ इहदे साबित कर रहे कि भगवंत मान ते मोदी दी किहड़े तरीके दे नाल जुटी आ, इह गोदी च बैठे होए भगवंत मान साहब मोदी दे, एक्शन मोदी सरकार दे खिलाफ आ, ते पुलिस भगवंत मान सरकार दी जिहड़ी पुलिस आ उहदे तों किसान आगुआं नूं चकवाया जा रहा, जेलां दे विच सटवाया जा रहा, ते इहदे खिलाफ इत्थे जिहड़ा एक्शन है साडा उह असीं ਵੱਖ ਵੱਖ ਥਾਵਾਂ ਦੇ ਉੱਤੇ ਜਿਹੜੇ ਟੋਲ ਪਲਾਜ਼ੇ ਆ ਉਹ ਜਾਮ ਕੀਤੇ ਆ, ਤੇ ਇਸ ਟਾਈਮ ਦੇ ਉੱਤੇ ਅਸੀਂ ਕੱਥੂ ਨੰਗਲ ਟੋਲ ਪਲਾਜ਼ਾ ਦੇ ਉੱਤੇ ਮੌਜੂਦ ਆ, ਜਿੱਥੇ ਸਾਡੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰਵਾਲਾ ਉਹਨਾਂ ਦੇ ਨਾਲ ਵੀ ਧੱਕਾਮੁੱਕੀ ਕੀਤੀ ਗਈ ਆ, ਪੁਲਿਸ ਪ੍ਰਸ਼ਾਸਨ ਇੱਥੇ ਵੱਡੀ ਗਿਣਤੀ ਦੇ ਵਿੱਚ ਮੌਜੂਦ ਆ ਦੇਖ ਸਕਦੇ ਤੁਸੀਂ। ਪਰ ਹੁਣ ਜਦੋਂ ਇੱਥੇ ਲੋਕਾਂ ਦਾ ਇਕੱਠ ਤਾਕਤ ਫੜ ਗਿਆ ਤੇ ਫਿਰ ਪੁਲਿਸ ਪ੍ਰਸ਼ਾਸਨ ਆਪਣੇ ਜਿਹੜੇ ਐਕਸ਼ਨ ਤੋਂ ਪਿੱਛੇ ਗਏ ਆ, ਅਸੀਂ ਕਹਿਣਾ ਚਾਹੁੰਦੇ ਭਗਵੰਤ ਮਾਨ ਸਾਹਿਬ ਜਾਂ 2 ਘੰਟੇ ਦੇ ਵਿੱਚ ਸਾਡੇ ਆਗੂ ਜਿਹੜੇ ਗ੍ਰਿਫਤਾਰ ਕੀਤੇ ਬਾਹਰ ਆਉਣੇ ਚਾਹੀਦੇ ਆ, ਨਹੀਂ ਤੇ ਫਿਰ ਹਾਲ ਦੀ ਘੜੀ ਤੱਕ ਅਸੀਂ ਸਿਰਫ ਤੇ ਸਿਰਫ ਅਸੀਂ ਵਿਚਲੇ ਟਰੈਕ ਬੰਦ ਕਰਕੇ ਬੈਠੇ ਆ। ਲੋੜ ਪੈਣ ਦੇ ਉੱਤੇ ਇਹਨਾਂ ਐਕਸ਼ਨਾਂ ਨੂੰ ਅਸੀਂ ਤਿੱਖੀਆਂ ਵੀ ਕਰਾਂਗੇ ਤੇ ਭਗਵੰਤ ਮਾਨ ਦੀਆਂ ਨਾਸਾਂ 'ਚ ਤੂੰ ਵੀ ਦਵਾਂਗੇ, ਦੱਸਾਂਗੇ ਕਿ ਮੋਦੀ ਸਰਕਾਰ ਦੀਆਂ ਪਾਲਿਸੀਆਂ ਦੇ ਵਿੱਚ ਇਹ ਕਿੱਦਾਂ ਭੁਗਤਦਾ, ਇਹ ਕਿਹੜੇ ਤਰੀਕੇ ਨਾਲ ਜੋ ਪਾਲਿਸੀ ਤੋਂ ਮੋਦੀ ਲੈ ਕੇ ਆਉਂਦਾ ਕਿਹੜੇ ਤਰੀਕੇ ਨਾਲ ਲਾਗੂ ਕਰਦਾ, ਤੇ ਭਗਵੰਤ ਮਾਨ ਨੇ ਕਿਹੜੇ ਤਰੀਕੇ ਨਾਲ ਲੋਕਾਂ ਨੂੰ ਮੂਰਖ ਬਣਾ ਕੇ ਵਿਕਾਸ ਦੇ ਨਾਂ ਦੇ ਤੇ ਬਦਲਾਅ ਦੇ ਨਾਂ ਦੇ ਤੇ ਸਰਕਾਰ ਨੇ ਵੋਟ ਲਈ ਆ, ਪਰ ਕੰਮ ਕਿਹੜੇ ਕਰ ਰਿਹਾ, ਕਿਹੜੇ ਤਰੀਕੇ ਦੇ ਲੋਕਾਂ ਨੂੰ ਰਾਹਤ ਦੇਣ ਦੀ ਬਜਾਏ, ਜਿੱਥੋਂ ਤੱਕ ਕਹਿਣ ਦੀ ਬਜਾਏ ਕਿ ਕੁਕੜੀ ਦੇ ਵੀ ਪੈਸੇ ਮਰੀ ਦੇ ਦੇਵਾਂਗੇ ਮਖੌਲ ਕਰਨ ਦੀ ਜਗ੍ਹਾ ਦੇ ਉੱਤੇ, ਜੇ ਇਹੀ ਪੁਲਿਸ ਪ੍ਰਸ਼ਾਸਨ ਕਿਤੇ ਭਗਵੰਤ ਮਾਨ ਨੇ ਇੰਨੇ ਜ਼ੋਰ ਦੇ ਨਾਲ ਨਸ਼ਾ ਦੇ ਉੱਤੇ ਲਾਇਆ ਹੁੰਦਾ, ਇੰਨੇ ਜ਼ੋਰ ਦੇ ਨਾਲ ਜਿਹੜੇ ਕਾਤਲ ਆ ਸਿੱਧੂ ਮੂਸੇਵਾਲੇ ਵਰਗੇ ਦੇ ਨੰਗਲ ਅੰਬੀਆਂ ਵਰਗੇ ਦੇ ਕਾਤਲ ਆ ਉਹਨਾਂ ਨੂੰ ਫੜਨ ਦੇ ਉੱਤੇ ਇੰਨਾ ਜ਼ੋਰ ਲਾਇਆ ਹੁੰਦਾ ਭਗਵੰਤ ਮਾਨ ਸਰਕਾਰ ਨੇ, ਤੇ ਅੱਜ ਰਿਜ਼ਲਟ ਤੁਹਾਡੇ ਸਾਰਿਆਂ ਦੇ ਸਾਹਮਣੇ ਕੁਝ ਹੋਰ ਹੁੰਦਾ। ਇਸ ਚੀਜ਼ ਕਰਕੇ ਭਾਈ ਸਾਫ ਆ, ਸਪਸ਼ਟ ਆ, ਸਮਝ ਲਓ ਇਸ ਗੱਲ ਨੂੰ, ਸ਼ੀਸ਼ੇ ਵਾਂਗੂ ਸਾਫ ਆ ਕਿ ਤੁਹਾਡੇ ਗੱਲ ਕਿਸੇ ਨੇ ਨਹੀਂ ਕਰਨੀ ਭਾਈ। ਜੇ ਹੱਕ ਲੈਣੇ ਆ ਸਾਡੇ, ਗਲਤ ਮੰਗ ਜੋ ਕਰ ਰਹੇ ਸੀ ਕਿ ਅਸੀਂ ਲੋਕਾਂ ਵਾਸਤੇ ਜੋ ਮੰਗ ਕਰ ਰਹੇ ਸੀਗੇ ਲੋਕਾਂ ਨੂੰ ਉਹਨਾਂ ਦੀਆਂ ਜਿਹੜੀਆਂ ਫਸਲਾਂ ਦਾ ਮੁਆਵਜ਼ਾ ਦਿੱਤਾ ਜਾਵੇ, ਕੀ ਮੰਗ ਇਹ ਗਲਤ ਸੀ, ਜਾਂ ਜਿਨ੍ਹਾਂ ਦੇ ਜਾਨੀ ਨੁਕਸਾਨ ਹੋ ਗਏ ਆ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ, ਇਹ ਗਲਤ ਮੰਗ ਸੀ, ਜਾਂ ਫਿਰ ਜਿਨ੍ਹਾਂ ਦੇ ਖੇਤਾਂ 'ਚ ਰੇਤਾਂ ਭਰ ਗਈਆਂ ਉਹਨਾਂ ਨੂੰ ਮਜ਼ਦੂਰਾਂ ਨੂੰ ਰੁਜ਼ਗਾਰ ਦਿੱਤਾ ਜਾਵੇ, ਕਿਹੜੀ ਮੰਗ ਸਾਡੀ ਮੰਗ, ਸਾਡੇ ਨਾਲ ਟੇਬਲ 'ਤੇ ਬਹਿ ਕੇ ਗੱਲ ਕਰਦੇ, ਫਿਰ ਪਤਾ ਲੱਗਦਾ ਕਿ ਕੌਣ ਠੀਕ ਆ ਕੌਣ ਗਲਤ ਆ। ਅਸੀਂ ਕਹਿਣਾ ਚਾਹੁੰਦੇ ਹਾਂ ਕਿ ਭਗਵੰਤ ਮਾਨ ਸਾਹਿਬ ਇੱਦਾਂ ਨਹੀਂ ਸਰਨਾ, ਬਦਲਾਅ ਜਿਹੜਾ ਤੁਸੀਂ ਕਹਿੰਦੇ ਸੀ ਉਹ ਤਾਂ ਨਹੀਂ ਆਇਆ, ਪਰ ਸੱਚਮੁੱਚ ਦੇ ਵਿੱਚ ਜਿਹੜਾ ਬਦਲਾਅ ਆ ਉਹ ਤੁਹਾਨੂੰ ਰੋਡ ਦੇ ਉੱਤੇ ਬੈਠਾ ਦਿਖੂਗਾ। ਅਸੀਂ ਕਹਿੰਦੇ ਕਿ ਵੇਖੋ ਅੱਖਾਂ ਖੋਲ ਲਓ ਤੇ ਲੋਕਾਂ ਦਾ ਇਕੱਠ ਵੇਖ ਲਓ, ਲੋਕਾਂ ਦੀ ਭਾਵਨਾ ਵੇਖ ਲਓ, ਕਿਹੜੇ ਤਰੀਕੇ ਨਾਲ ਤੁਸੀਂ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੇ ਜੇ। ਮੋਦੀ ਸਰਕਾਰ ਦੇ ਖਿਲਾਫ ਸੀਗਾ ਸਾਡਾ ਐਕਸ਼ਨ, ਪਰ ਇਹ ਐਕਸ਼ਨ ਭਗਵੰਤ ਮਾਨ ਨੂੰ ਕਿਉਂ ਖੜਕੇ, ਇਹ ਐਕਸ਼ਨ ਪੰਜਾਬ ਦੇ ਜਿਹੜੇ ਸਾਡੇ ਪੁਲਿਸ ਦੇ ਸਾਡੇ ਭਰਾ ਆ ਸਾਡੇ ਘਰਾਂ ਤੋਂ ਉਹਨਾਂ ਨੂੰ ਕਿਉਂ ਖੜਕੇ। ਮੋਦੀ ਦੇ ਖਿਲਾਫ ਸਾਡਾ ਐਕਸ਼ਨ ਸੀਗਾ, ਸੈਂਟਰ ਦੀ ਸਰਕਾਰ ਦੇ 6 ਰਾਜਾਂ ਦੀਆਂ 16 ਜਥੇਬੰਦੀਆਂ ਦਾ ਐਕਸ਼ਨ ਸੀਗਾ, ਫਿਰ ਇਹ ਕਿਉਂ ਕੀਤਾ ਗਿਆ ਇਹ ਵਾਲਾ ਐਕਸ਼ਨ। ਪੁਲਿਸ ਨੇ ਸਵੇਰ 3 ਵਜੇ ਤੋਂ ਛਾਪੇਮਾਰੀ ਕਰ ਰਹੀ ਆ, ਅਸੀਂ ਸਾਨੂੰ ਉਹ ਦੌਰ ਚੇਤੇ ਆ ਰਿਹਾ ਵੀ ਸ਼ਾਇਦ ਉਸ ਟਾਈਮ ਵੀ ਇਦਾਂ ਹੀ ਹੁੰਦਾ ਹੋਊਗਾ ਭਾਈ, ਅਸੀਂ ਵੀ ਕਮਾਦਾਂ ਥਾਣੀ ਚਿਹਰੀਆਂ ਥਾਣੀ ਸਵੇਰ ਦੇ ਘੁੰਮ ਰਹੇ ਹਾਂ, ਸਿਰਫ ਇੰਨੇ ਐਕਸ਼ਨ ਵਾਸਤੇ ਇੱਕ ਸ਼ਾਂਤਮਈ ਤਰੀਕੇ ਨਾਲ ਜਿਹੜਾ ਅਸੀਂ ਪ੍ਰਦਰਸ਼ਨ ਕਰਨਾ, ਸ਼ਾਂਤਮਈ ਪ੍ਰਦਰਸ਼ਨ ਕਰਨ ਵਾਸਤੇ ਪੁਲਿਸ ਦੇ ਨਾਲ ਸਾਨੂੰ 2-4 ਹੋਣਾ ਪੈ ਰਿਹਾ, ਤੇ ਲੋਕੋ ਵੇਖ ਲਓ ਬਦਲਾਅ ਕੀ ਆ, ਤੇ ਇਸ ਚੀਜ਼ ਕਰਕੇ ਭਾਈ ਤਿਆਰ ਹੋ ਜਾਓ, ਤਗੜੇ ਹੋ ਜਾਓ, ਜਥੇਬੰਦੀ ਚੰਡੀਗੜ੍ਹ ਮੋਰਚਾ ਲੱਗੂਗਾ ਉਹਦੇ ਵਿੱਚ ਕੋਈ ਸ਼ੱਕ ਨਹੀਂ, ਅਸੀਂ ਅੱਜ ਸ਼ਾਮ ਨੂੰ ਨਿਕਲੀਏ, ਅਸੀਂ ਸਵੇਰੇ ਨਿਕਲੀਏ, ਅੱਜ ਜਿਹੜੇ ਆਗੂ ਇਹਨਾਂ ਨੇ ਫੜਿਆ 2 ਘੰਟੇ ਦੇ ਵਿੱਚ ਬਾਹਰ ਕਰਨਗੇ, ਨਹੀਂ ਤਾਂ ਫਿਰ ਅਗਲੇ ਜਿਹੜੇ ਜਥੇਬੰਦੀ ਤਿੱਖਾ ਐਕਸ਼ਨ ਆ ਉਹ ਕਰੂਗੀ, ਤੇ ਇਸ ਲਾਈਵ ਨੂੰ ਜਥੇਬੰਦੀ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਤਾਂ ਕਿ ਜਿਹੜਾ ਜਿਹੜੇ ਜਿੱਥੋਂ ਤੱਕ ਵੀ ਆਵਾਜ਼ ਸਾਡੀ ਜਾਣੀ ਚਾਹੀਦੀ ਆ
वक् वक् लोगों तक साड़ी बात चल जाए, फिर तो थोड़ी देर बाद स्टेज चलावांगे ते इस चीज के बारे अगली जानकारी तुम देंगे। धन्यवाद।